ਕਿਸਾਨਾਂ ਦੀ ਕਰਜ਼ ਮਾਫੀ ਬਾਰੇ ਬੋਲਦਿਆਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਫੈਸਲੇ ਨੂੰ ਕੋਆਪਰੇਟਿਵ ਬੈਂਕ ਅਤੇ ਕਮਰਸ਼ੀਅਲ ਬੈਂਕ ਜੋ ਪੰਜਾਬ ਸਰਕਾਰ ਅਧੀਨ ਆਉਂਦੇ ਨੇ ਉਹਨਾਂ ਦਾ ਕਰਜ਼ ਮਾਫ ਕੀਤਾ ਜਾਏਗਾ ਜਿਸ ਵਿੱਚ ਪੰਜਾਬ ਦੇ 97,05,000 ਕਿਸਾਨ ਕਰਜ਼ਾ ਮੁਕਤ ਹੋਣਗੇ। ਇਹ ਇਹਦੀ ਵਜ਼ਾਹਤ ਜਿਹੜੀ ਹੈ ਅਸੈਂਬਲੀ 'ਚ ਬਹੁਤ ਵਾਰੀ ਹੋ ਚੁੱਕੀ ਹੈ। ਕੈਪਟਨ ਸਾਹਿਬ ਨੇ ਦੋ ਵਾਰੀ ਇਹਦੀ ਵਜ਼ਾਹਤ ਕਰਤੀ ਹੈ ਕਿ ਜਿਹੜਾ 5 ਏਕੜ ਦਾ ਕਿਸਾਨ ਹੈ ਉਹਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਮਾਫ਼ ਕਰਨ ਦਾ ਫੈਸਲਾ ਕੀਤਾ, ਔਰ ਇਹ 2 ਲੱਖ ਜਿਹੜਾ ਹੈ ਇਹ ਕੋਆਪਰੇਟਿਵ ਬੈਂਕ ਅਤੇ ਕਮਰਸ਼ੀਅਲ ਬੈਂਕ ਜਿਹੜੇ ਹੈ ਪੰਜਾਬ ਦੇ ਇਹ ਬੈਂਕਾਂ ਦਾ ਤਮਾਮ ਕਰਜ਼ਾ ਜਿਹੜਾ ਹੈ 2 ਲੱਖ ਤੱਕ ਦਾ 5 ਏਕੜ ਕਿਸਾਨ ਨੂੰ ਇਹ ਮਾਫ਼ ਕਰਨ ਦਾ ਫੈਸਲਾ ਕੀਤਾ। ਥੋੜ੍ਹੇ ਦਿਨਾਂ 'ਚ ਇਹ ਸਕੀਮ ਜਿਹੜੀ ਹੈ ਨੋਟੀਫਾਈ ਹੋ ਜਾਏਗੀ। ਜੋ ਡੇਟਾ ਜਿਹੜਾ ਹੈ ਪੰਜਾਬ ਸਰਕਾਰ ਕੋਲ ਹੈ ਕਿ 9 ਲੱਖ 75,000 ਕਿਸਾਨ ਜਿਹੜਾ ਹੈ ਉਹ ਟੋਟਲੀ ਕਰਜ਼ਾ ਮੁਕਤ ਹੋ ਜਾਏ।